ਲੇਡੀਜ਼ ਵੀ ਇਹ ਸਟੀ ਰੋਡ ਲੈਂਦੀਆਂ ਨੇ, ਕਿਉਂਕਿ ਉਹ ਵੀ ਮੈਂ ਦੇਖਦਾ ਵੀ ਕਈ ਵਾਰੀ ਉਹ ਕਹਿੰਦੀ ਸਾਡਾ ਮਸਲ ਵੀ ਕੱਢੇ ਹੋਏ ਆ ਭਾਜੀ। ਜਿਨ੍ਹਾਂ ਨੇ ਕੰਪੀਟੀਸ਼ਨ ਕਰਨਾ ਹੁੰਦਾ ਉਹ ਮਾੜਾ ਮੋਟਾ ਲੈਂਦੀਆਂ, ਠੀਕ ਹੈ ਜੀ। ਉਹਦੇ ਨਾਲ ਹਾਰਮੋਨਸ ਚੇਂਜ ਹੁੰਦੇ ਆ, ਟੈਸਟ ਆ, ਬੜਾ ਕੁਛ ਆ ਭਾਜੀ ਇਹਦੇ ਚ। ਹੁਣ ਭਾਜੀ ਹੁਣ ਮੈਂ ਨਾ ਚਲੋ ਉਹ ਇੰਜੈਕਸ਼ਨ ਦਾ ਨਾਮ ਨੀ ਲੈਣਾ, ਅੱਜ ਕੱਲ ਇਹ ਪ੍ਰੀ ਵਰਕਆਊਟ ਇੱਕ ਆਉਂਦਾ ਵਾ, ਪ੍ਰੀ ਵਰਕਆਊਟ ਤੋਂ ਪਹਿਲਾਂ, ਠੀਕ ਹੈ ਜੀ। ਉਹ ਪ੍ਰੀ ਵਰਕਆਊਟ ਚ ਕੈਫੀਨ ਹੁੰਦੀ ਆ ਪੂਰੀ। ਅੱਛਾ ਜੀ, ਕੈਫੀਨ ਕੀ ਆ? ਇੱਕ ਪ੍ਰੀ ਵਰਕਆਊਟ ਦਾ ਜਿਹੜਾ ਚਮਚ ਆ ਨਾ, ਤੁਸੀਂ 20 ਪਾਊਚ ਕੌਫੀ ਦੇ ਬਰਾਬਰ ਆ, ਠੀਕ ਹੈ ਜੀ। ਹੁਣ ਤੁਸੀਂ ਹਿਸਾਬ ਲਾ ਲਓ, ਇਹ ਕੋਈ ਵੀ ਮੀਲ ਲੈਂਦੇ ਆ ਨਾ, 1.5 ਤੋਂ 2 ਘੰਟੇ ਦਾ ਫਰਕ ਚਾਹੀਦਾ, ਢਿੱਡ ਭਰ ਕੇ ਬਿਲਕੁਲ ਨਹੀਂ ਖਾਣਾ ਭਾਜੀ। ਮਹੀਨੇ ਚ ਸਹੀ ਮਹੀਨੇ ਚ ਅਗਰ ਤੁਸੀਂ ਡੇਲੀ 500 ਤੋਂ 600 ਕੈਲਰੀ ਜਿਮ ਚ ਬਰਨ ਕਰਦੇ ਹੋ ਨਾ, ਜੇ ਤੁਸੀਂ ਕਿੰਨੇ ਕੈਲਰੀ ਲੈਣੇ ਹੋ, ਕਿੰਨੇ ਬਰਨ ਕਰਦੇ ਹੋ, ਸਾਰੀ ਚੀਜ਼ ਇਹ ਤੇ ਡਿਪੈਂਡ ਆ, ਮਿਹਨਤ ਨਹੀਂ ਕਰਨੀ ਨੀ, ਠੀਕ ਆ ਜੀ। ਇੱਕ ਮਹੀਨੇ ਚ ਅਗਰ ਤੁਸੀਂ ਸਹੀ ਤਰੀਕੇ ਨਾਲ ਵੇਟ ਘਟਾਉਂਦੇ ਹੋ 2 ਤੋਂ 3 ਕਿਲੋ ਕਰ, ਸਹੀ ਮਹੀਨੇ ਚ, ਇਦੋਂ ਵੱਧ ਨਹੀਂ ਕਰਦਾ ਜੀ ਜੀ। ਜਿਹੜਾ ਕਹਿੰਦਾ ਮੈਂ 5 ਕਿਲੋ ਘਟਾ ਦੂੰ, 6 ਕਿਲੋ ਘਟਾ ਦੂੰ, ਭਾਜੀ ਉਹ ਤਾਂ ਫਿਰ ਜੇ ਆਪਾਂ ਸਾਰਾ ਕੁਛ ਬੰਦ ਕਰਕੇ 0 ਕੈਲਰੀ ਕਰਕੇ ਤਾਂ ਘਟਾ ਲਓ। ਹੁਣ ਡਾਈਟੀਸ਼ੀਅਨ ਨੇ ਡਾਈਟੀਸ਼ੀਅਨ ਡਾਈਟਾਂ ਦਿੰਦੇ ਆ, ਠੀਕ ਆ ਜੀ। ਇਹ ਪ੍ਰੋਪਰ ਜਿਮ ਬੰਦ ਕਰਵਾ ਦਿੰਦੇ ਆ, ਉਹਦਾ ਇੱਕ ਲੌਜਿਕ ਆ, ਠੀਕ ਆ ਜੀ। ਜਦੋਂ ਤੁਸੀਂ ਡਾਈਟੀਸ਼ੀਅਨ ਨੇ ਡਾਈਟ ਹੀ ਦੇ ਦੇਣਾ ਆ ਜਿਹਦੇ ਨਾਲ ਤੁਹਾਡੇ ਐਨਰਜੀ ਲੈਵਲ ਡਾਊਨ ਹੋ ਜਾਣਾ, ਜਦੋਂ ਤੁਹਾਡਾ ਐਨਰਜੀ ਲੈਵਲ ਡਾਊਨ ਹੋ ਗਿਆ ਤੁਸੀਂ ਜਿਮ ਕਿਵੇਂ ਕਰ ਲਓਗੇ, ਕਰ ਹੀ ਨਹੀਂ ਹੋਣਾ, ਠੀਕ ਆ ਜੀ। ਉਹਦੇ ਕਰਕੇ ਇਹ ਜਿਮ ਵੀ ਜ਼ਿਆਦਾਤਰ ਡਾਈਟੀਸ਼ੀਅਨ ਕਹਿੰਦੇ ਵੀ ਜਿਮ ਰਹਿਣ ਦੋ, ਤੁਸੀਂ ਡਾਈਟ ਫੋਲੋ ਕਰੋ। ਡਾਈਟ ਫੋਲੋ ਕਰ ਲੈਂਦੇ ਆ, 2 ਮਹੀਨੇ ਦੇ ਵਿੱਚ 10 ਕਿਲੋ 15 ਕਿਲੋ ਵੇਟ ਘੱਟਦਾ ਵਾ, ਕੋਈ ਇਹ ਚ ਹੈ ਨੀ। ਉਦੋਂ ਬਾਅਦ ਜਦੋਂ ਡਾਈਟ ਛੱਡਦੇ ਆ, ਸਾਰੀ ਉਮਰ ਤਾਂ ਬੰਦਾ ਡਾਈਟੀਸ਼ੀਅਨ ਦੇ ਸਿਰ ਤੇ ਰਹਿੰਦਾ ਨੀ ਭਾਜੀ, ਮੁੜ ਕੇ ਫਿਰ ਅਡਾਨੀ ਦੇ ਮੁੰਡੇ ਵਰਗਾ ਬਣ ਜਾਂਦਾ ਆ ਬੰਦਾ, ਮੁੜ ਕੇ ਫੇਰ ਵੱਧ ਜਾਂਦਾ, ਅਸਲੀ ਗੇਮ ਆ ਵਾ। ਬਾਕੀ ਰਹੀ ਗੱਲ ਜਿਹੜੇ ਮੁੰਡੇ ਸ਼ਾਰਟ ਕੱਟ ਆ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸ਼ਾਰਟ ਕੱਟ ਨਾ ਵਰਤੋ, ਮਿਹਨਤ ਲਾਓ ਆਪਦੀ ਵਧੀਆ, ਠੀਕ ਆ। ਜਿੱਥੇ ਜਿਹੜੀ ਚੀਜ਼ ਨੂੰ ਤੁਸੀਂ 6 ਮਹੀਨੇ ਚ ਚਾਹੁੰਦੇ ਹੋ ਉਹ ਬਣ ਜਾਂਦੀ ਆ 6 ਮਹੀਨੇ ਚ, ਮੁੜ ਕੇ ਫੇਰ ਤੁਸੀਂ ਉਦੋਂ ਵੀ ਮਾੜੇ ਹੋ ਜਾਂਦੇ, ਉਹਦਾ ਕੀ ਫਾਇਦਾ? ਨੈਚੁਰਲ ਆਪਦੀ ਆਪਦਾ ਵਧੀਆ। ਫਿਰ ਖੁਰਾਕ ਕਿੱਦਾਂ ਦੀ ਖਾਣੀ ਚਾਹੀਦੀ ਆ? ਜਿਵੇਂ ਆਮ ਬੰਦੇ ਨੂੰ ਜਿਹੜਾ ਜਿਮ ਨਹੀਂ ਜਾਂਦਾ, ਉਹ ਚਾਹੁੰਦਾ ਵੀ ਮੇਰੇ ਬਸ ਸਰੀਰ ਤੇ ਕੱਪੜੇ ਪਾਏ ਠੀਕ ਲੱਗਣ, ਵੀ ਨਾ ਮੇਰੇ ਫੈਟ ਹੋਵੇ, ਨਾ ਉਹ ਕੀ ਡਾਈਟ ਕਰੇ? ਭਾਜੀ ਪਹਿਲਾਂ ਤਾਂ ਚੀਟ ਮੀਲ ਬਿਲਕੁਲ ਨੀ ਖਾਣਾ ਚਾਹੀਦਾ, ਚੀਟ ਮੀਲ ਤਲਿਆ ਤੁਲਿਆ ਬਾਹਰ ਲਾ ਕੇ ਆ, ਪੀਜ਼ੇ ਬਰਗਰ ਬਿਲਕੁਲ ਨੀ ਖਾਣੇ, ਇਹ ਤਾਂ ਨਿਰਾ ਬਿਮਾਰੀ ਦਾ ਘਰ ਹੈ, ਠੀਕ ਆ ਜੀ। ਇਹ ਨਾ ਖਾਓ, ਨੈਚੁਰਲ ਡਾਈਟ ਖਾਓ, ਸਵੇਰੇ ਉੱਠੋ ਤੁਸੀਂ, ਠੀਕ ਆ ਜੀ। ਸਵੇਰੇ ਉੱਠ ਕੇ ਤੁਸੀਂ ਰਾਤ ਨੂੰ 10 ਬਦਾਮ ਭਿਉਂ ਕੇ ਰੱਖ ਦੋ, ਠੀਕ ਆ। ਅਜੇ ਤਾਂ ਹੁਣ ਕਰੀ ਜਾਂਦੇ 5 ਬਦਾਮ ਕੀ ਹੁੰਦੇ ਆ ਭਾਜੀ, ਕੁਛ ਵੀ, ਠੀਕ ਆ ਜੀ। 10 ਬਦਾਮ ਮਿਨੀਮਮ 10 ਬਦਾਮ ਚਾਹੀਦੇ ਆ, 10 ਬਦਾਮ ਭਿਉਂ ਕੇ ਕਿਉਂ ਖਾਣੇ ਆਪਾਂ? ਉਦਾਂ ਬਿਨਾ ਭਿਉਂ ਤੇ ਕਿਉਂ ਨਹੀਂ ਖਾ ਸਕਦੇ? ਕੀ ਕਾਰਨ ਇਹ ਚ? ਕੀ ਤਸਵੀਰ ਗਰਮ ਹੁੰਦੀ ਆ ਨਾ, ਤਸਵੀਰ ਗਰਮ ਹੁੰਦੀ ਆ ਨਾ, ਠੀਕ ਹੈ, ਠੀਕ ਆ ਜੀ। ਤੇ ਇਹ ਅਖਰੋਟ ਹੋ ਗਏ, 2 ਅੰਜੀਰ ਹੋ ਗਈਆਂ, 1 ਖਜੂਰ ਖਾ ਲਈ, ਥੋੜੇ ਜਿਹੇ ਭੁੱਜੇ ਛੋਲੇ ਖਾ ਲਏ, ਜਾਂ ਭੁੱਜੇ ਛੋਲੇ ਜਾਂ ਬੋਇਲ ਚਨੇ, ਇਹ ਖਾਓ ਸਵੇਰ ਦਾ ਪਹਿਲਾ ਮੀਲ। ਮੀਲ ਤੋਂ ਪਹਿਲਾਂ ਤੁਸੀਂ ਇੱਕ ਡੀਟੌਕਸ ਜ਼ਰੂਰ ਕਰਿਆ ਕਰੋ ਬੋਡੀ ਨੂੰ, ਹਰ ਬੰਦਾ। ਡੀਟੌਕਸ ਦਾ ਇਹ ਆ, ਸਾਰੀ ਦਿਹਾੜੀ ਦਾ ਆਪਾਂ ਮਿੱਟ ਫੱਕਦੇ ਹਾਂ ਆਪਣੇ ਅੰਦਰ, ਜਾਂ ਆਪਾਂ ਬੋਡੀ ਨੂੰ ਬਾਹਰੋਂ ਤਾਂ ਧੋ ਲੈਂਦੇ ਹਾਂ, ਅੰਦਰੋਂ ਬੋਡੀ ਕਿਵੇਂ ਧੋਤੀ ਜਾਊ, ਜੀ ਜੀ, ਠੀਕ ਆ ਜੀ। ਉਹਦੇ ਲੈਮਨ ਕਿਵੇਂ ਜੀ? ਲੈਮਨ ਠੀਕ ਹੁੰਦੇ? ਹਾਂ ਮੈਂ ਤੁਹਾਨੂੰ ਦੱਸਦਾ ਉਹਦੇ ਚ ਕੀ ਕਰਨਾ। 1 ਕੋਸਾ ਪਾਣੀ 200 ਗ੍ਰਾਮ, ਉਹਦੇ ਚ ਤੁਸੀਂ ਨਿੰਬੂ ਦਾ 1/4 ਹਿੱਸਾ ਪਾਉਣਾ ਵਾ, ਠੀਕ ਆ ਜੀ। 1 ਚਮਚ ਸ਼ਹਿਦ ਦਾ ਪਾਉਣਾ, ਚੁਟਕੀ ਹਲਦੀ ਪਾਉਣੀ ਆ, ਚੁਟਕੀ ਕਾਲੀ ਮਿਰਚ ਪਾਉਣੀ, ਠੀਕ ਆ ਜੀ। ਜੇ ਮਾੜਾ ਜਿਹਾ ਅਦਰਕ ਦਾ ਰਸ ਪਾਉਣਾ ਉਹ ਵੀ ਪਾ ਸਕਦੇ ਹੋ, ਠੀਕ ਹੈ ਜੀ। ਜੇ ਕਿਸੇ ਦਾ ਫੈਟੀ ਲਿਵਰ ਆ ਨਾ ਭਾਜੀ, ਉਹ ਵੀ ਠੀਕ ਕਰ ਦਿੰਦਾ ਇਹ, ਠੀਕ ਹੈ। 20 ਦਿਨ 25 ਦਿਨ ਤੈਨੂੰ ਰੈਗੂਲਰ ਇਹਨੂੰ ਪੀਓ ਸਵੇਰੇ, ਇਹ ਵਧੀਆ ਚੀਜ਼ ਹੈ, ਠੀਕ ਆ। ਉਦੋਂ ਬਾਅਦ ਤੁਸੀਂ ਜਿਵੇਂ ਸੈਕੰਡ ਮੀਲ ਆ, ਤੁਸੀਂ ਉਦੋਂ ਬ੍ਰੇਕਫਾਸਟ ਦੇ ਵਿੱਚ ਤੁਸੀਂ ਆਪਦਾ ਚਪਾਤੀ ਖਾਓ, ਜੇ ਵੈਜੀਟੇਰੀਅਨ ਹੋ ਤੁਸੀਂ ਨਾਲ ਪਨੀਰ ਭੁਰਜੀ ਖਾ ਲਓ, ਠੀਕ ਹੈ ਨਾ। ਤੇ ਕੋਈ ਐ ਨੀ ਹੈ, ਕਿਉਂਕਿ ਵੈਜੀਟੇਰੀਅਨ ਬੰਦੇ ਨੂੰ ਬੜੀ ਦਿੱਕਤ ਆਉਂਦੀ ਹੈ ਵੀ ਮੈਂ ਕੀ ਖਾਵਾਂ, ਸਭ ਤੋਂ ਵੱਡੀ ਗੱਲ, ਠੀਕ ਹੈ ਨਾ। ਉਹ ਸੋਚਦੇ ਆ ਵੀ ਪ੍ਰੋਟੀਨ ਹੈ ਹੀ ਨੀ ਕਿਸੇ ਚ, ਮੇਰੇ ਖਿਆਲ ਨਾਲ ਵੀ ਜਿੰਨਾ ਵੈਜ ਚ ਪ੍ਰੋਟੀਨ ਹੈ ਕਿਸੇ ਚੀਜ਼ ਚ ਹੈ ਹੀ ਨੀ, ਜੀ ਜੀ, ਠੀਕ ਹੈ ਜੀ। ਤੇ 10-11 ਵਜੇ ਭਾਜੀ ਇੱਕ ਨਾ ਹੋਰ ਤੁਹਾਨੂੰ ਦੱਸਦਾ, ਵੇ ਪ੍ਰੋਟੀਨ ਬਾਰੇ ਨਾ ਲੋਕ ਬਹੁਤ, ਹਰ ਤਰ੍ਹਾਂ ਦੇ ਬੰਦੇ ਦੀ ਆਪਦੀ ਸੋਚ ਆ, ਕੋਈ ਕਹਿੰਦਾ ਇਹਨੂੰ ਤਾਂ ਡੱਬੇ ਦਾ ਨਾਮ ਦੇ ਦਿੰਦਾ ਇਹ ਡੱਬਾ ਜੀ। ਜਦੋਂ ਤੁਸੀਂ ਕਿਸੇ ਸ਼ੋਪ ਤੇ ਜਾਂਦੇ ਆ ਨਾ, ਮੁੰਡੇ ਜ਼ਿਆਦਾਤਰ ਕੀ ਕਰਦੇ, ਉੱਥੇ ਜਾ ਕੇ ਪ੍ਰੋਟੀਨ ਦਾ ਡੱਬਾ ਘੜਾ ਲੈਂਦੇ ਆ, ਉਹ ਦੁਕਾਨਦਾਰ ਕੀ ਕਹਿੰਦਾ ਆ ਬਿੱਲ ਵਾਲਾ ਇੰਨੇ ਦਾ, ਬਿੱਲ ਤੋਂ ਬਿਨਾਂ ਇੰਨੇ ਦਾ। ਅੱਛਾ ਜੀ, ਅਸੀਂ ਬਿੱਲ ਲੈਣ ਦੇ ਮਾਰੇ 500-700 ਰੁਪਏ ਵਜਾਉਣ ਦੇ ਮਾਰੇ ਬਿਨਾਂ ਬਿੱਲ ਤੋਂ ਲੈ ਲੈਂਦੇ ਆ, ਜੀ ਜੀ, ਠੀਕ ਹੈ ਜੀ। ਉਹਦੇ ਚ ਆਪਾਂ ਨੂੰ ਕੁਛ ਨੀ ਪਤਾ ਵੀ ਓਰੀਜਨਲ ਆ ਕੇ ਡੁਪਲੀਕੇਟ ਆ, ਜੀ ਜੀ। ਸਭ ਤੋਂ ਪਹਿਲਾਂ ਤਾਂ ਜੇ ਕਿਸੇ ਨੇ ਲੈਣਾ ਵਾ, ਪ੍ਰੋਟੀਨ ਲੈਣ ਦਾ ਮਕਸਦ ਇਹੀ ਹੁੰਦਾ, ਤੁਸੀਂ ਜਦੋਂ ਵਰਕਆਊਟ ਕਰਕੇ ਹਟਦੇ ਹੋ ਨਾ, ਤੁਸੀਂ ਵੇ ਪ੍ਰੋਟੀਨ ਪਾਊਡਰ ਪ੍ਰੋਟੀਨ ਲੈਂਦੇ ਹੋ, ਡਾਈਜੈਸਟ ਜਲਦੀ ਹੋ ਜਾਂਦਾ। ਅੱਛਾ ਜੀ, ਠੀਕ ਹੈ ਜੀ। ਇਹ ਫਿਰ ਪ੍ਰੋਟੀਨ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਜੂਸ ਪੀ ਲੈਣਗੇ ਜਾਂ ਰੋਟੀ ਖਾ ਲੈਣਗੇ, ਕੀ ਉਹ ਕਰਨਾ ਚਾਹੀਦਾ ਇਦਾਂ? ਭਾਜੀ 2 ਘੰਟੇ ਦਾ ਘੱਟੋ ਘੱਟ ਮਿਨੀਮਮ,
ਫਰਕ ਚਾਹੀਦਾ, ਢਿੱਡ ਭਰ ਕੇ ਬਿਲਕੁਲ ਨਹੀਂ ਖਾਣਾ, ਭੁੱਖ ਰੱਖ ਕੇ ਖਾਣਾ ਜਦੋਂ ਖਾਣਾ, ਠੀਕ ਹੈ ਜੀ। ਠੀਕ ਹੈ ਜੀ। ਫਿਰ ਇੱਕ ਜਿਹਨੂੰ ਸਮੂਦੀ ਦਾ ਨਾਮ ਲੈ ਦਿੰਦੇ ਆ, ਜਿਵੇਂ ਤੁਹਾਡੇ ਤੋਂ ਮੇਰੇ ਤੋਂ ਪਹਿਲਾਂ ਭਾਜੀ ਨੇ ਇੱਕ ਦੱਸਿਆ ਸੀ, ਸਮੂਦੀ ਚ ਕੀ ਹੁੰਦਾ ਵਾ, ਤੁਸੀਂ ਦੁੱਧ ਹੋ ਗਿਆ, ਦੁੱਧ 200 ਗ੍ਰਾਮ ਹੋ ਗਿਆ, ਉਹਦੇ ਚ ਤੁਸੀਂ ਪੀਨਟ ਬਟਰ ਪਾ ਲਓ, ਘਰ ਦਾ ਬਣਾ ਲਓ, ਯੂਟਿਊਬ ਤੇ ਪਿਆ ਭਾਜੀ ਸਭ ਕੁਝ ਪਤਾ ਲੱਗਦਾ ਕਿਵੇਂ ਬਣਦਾ ਪੀਨਟ ਬਟਰ, ਠੀਕ ਹੈ। ਠੀਕ ਹੈ ਜੀ। ਜੇ ਆਪਾਂ ਬਾਜ਼ਾਰੋਂ ਨਹੀਂ ਲੈਣਾ, ਠੀਕ ਹੈ ਨਾ, ਉਹਦੇ ਚ ਤੁਸੀਂ ਆਪਣੇ ਬਦਾਮ ਗ੍ਰਾਇੰਡ ਕਰਕੇ ਪਾ ਲਓ ਵਿੱਚ, ਠੀਕ ਹੈ ਜੀ। ਇੱਕ ਚਮਚ, ਇੱਕ ਡੇਢ ਚਮਚ ਪਾਓ ਓਟਸ ਦਾ ਵਿੱਚ, ਇੱਕ ਕੇਲਾ ਪਾਓ, ਮੈਂ ਕਹਿੰਦਾ 2 ਚਮਚ ਸ਼ਹਿਦ ਪਾਓ, ਇਦੂ ਉੱਪਰ ਕੁਛ ਚੀਜ਼ ਹੀ ਹੈ ਨੀ ਜੀ। ਇਹ ਜਿਹੜਾ ਫਿਰ ਬੰਦਾ ਜਿਮ ਨਹੀਂ ਜਾਂਦਾ ਉਹ ਵੀ ਸਵੇਰੇ ਇਹ ਚੀਜ਼ ਲੈ ਸਕਦਾ ਜਿਹੜਾ ਜਿਮ ਨਹੀਂ ਜਾਂਦਾ? ਭਾਜੀ ਆਪਾਂ ਸੈਰ ਤਾਂ ਕਰ ਸਕਦੇ ਹਾਂ, ਹਾਂਜੀ ਹਾਂਜੀ, ਵਾਕਿੰਗ ਤਾਂ ਕਰ ਸਕਦੇ ਹਾਂ, ਹਾਂਜੀ ਹਾਂਜੀ, ਇੰਨਾ ਕੁ ਤਾਂ ਆਪਾਂ ਮਾੜੀ ਮੋਟੀ ਕਸਰਤ ਤਾਂ ਕਰ ਸਕਦੇ ਹਾਂ, ਘਰੇ ਤਾਂ ਕਰ ਸਕਦੇ, ਠੀਕ ਹੈ ਜੀ। ਫਿਟਨੈਸ ਨੂੰ ਲੈ ਕੇ ਅਵੇਅਰਨੈਸ ਹੈ ਨੀ ਸੀ, ਹੁਣ ਹਰ ਘਰ ਦੇ ਵਿੱਚ ਇੱਕ ਮੈਂਬਰ ਜਿਮ ਜਾਂਦਾ ਹੀ ਜਾਂਦਾ, ਅੱਗੇ ਅਵੇਅਰਨੈਸ ਕਿੱਥੋਂ ਸੀ। ਦੂਜਾ ਮੈਂ ਇਸ ਵੀਡੀਓ ਤੇ ਦੁਆਰਾ ਭਾਜੀ ਹੋਣਾ ਵਾ, ਮੁੰਡੇ ਹੱਥ ਜੋੜ ਕੇ ਬੇਨਤੀ ਆ, ਇਸ ਤੋਂ ਬਚ ਕੇ ਰਹੋ, ਠੀਕ ਹੈ ਜੀ। ਇੱਥੇ ਬਹੁਤ ਕੇਸ ਇਹੋ ਜਿਹੇ ਹੁੰਦੇ ਆ, ਮੁੰਡੇ ਕਰ ਲੈਂਦੇ ਆ ਜਲਦਬਾਜ਼ੀ, ਠੀਕ ਹੈ ਜੀ, ਜਾ ਕੇ ਭਾਜੀ ਮੇਰੇ ਕੋਲੇ ਆ ਜਾਂਦੇ ਆ ਮੁੰਡੇ, ਉਮਰ ਪੁੱਛਦਾ ਕਿੰਨੀ, 18 ਸਾਲ, ਭਾਜੀ ਤਗੜੇ ਕਰ ਦੋ, ਮੈਂ ਕਿਹਾ ਯਾਰ ਮੈਂ ਕੋਈ ਰੱਬ ਆ, ਮੈਂ ਤੁਹਾਨੂੰ ਤਗੜਾ ਕਰ ਦੂੰਗਾ, ਮੈਂ ਕਿਵੇਂ ਕਰ ਦੂੰਗਾ, ਡਾਇਟ ਖਾਓ, ਵਧੀਆ ਡਾਇਟ ਖਾਓ, ਡਾਇਟ ਲਿਖ ਕੇ ਦੇ ਦੇਣਾ, ਠੀਕ ਹੈ। ਨਹੀਂ ਭਾਜੀ ਸਮਾਨ ਐਂ ਬੋਲਦੇ ਆ, ਸਮਾਨ, ਨਹੀਂ ਆਪ ਕਹਿੰਦੇ ਆ ਬੰਦੇ ਨੂੰ ਮੇਰੇ ਸਮਾਨ ਲਓ, ਜਿਹੜੀ ਚੀਜ਼ ਮੇਨ ਚਾਹੀਦੀ ਉਹ ਤਾਂ ਨਾਰਮਲ ਮੈਡੀਕਲ ਸਟੋਰਾਂ ਤੇ ਮਿਲਦੀ ਆ ਜੀ ਜੀ, ਠੀਕ ਹੈ ਜੀ। ਹਾਂ ਕੁਛ ਚੀਜ਼ਾਂ ਹੈਗੀਆਂ, ਹੁਣ ਭਾਜੀ ਐਂ ਤਾਂ ਸਰਕਾਰਾਂ ਦਾ ਬਹੁਤ ਕੁਝ ਕਹਿੰਦੀਆਂ, ਹੁਣ ਤਾਂ ਕਹਿੰਦੇ ਚਿੱਟੇ ਤੇ ਵੀ ਰੋਗ ਆ, ਮੀਨ ਤੇ ਵੀ ਰੋਗ ਆ, ਸਭ ਕੁਝ ਮਿਲੀ ਤਾਂ ਜਾਂਦਾ। ਤੇ ਵੀਰ ਜਿਹੜੇ ਅਸੀਂ ਕੈਨੇਡਾ ਚ ਗੱਲ ਕੀਤੀ, ਜਿਹੜੇ ਹਾਰਟ ਅਟੈਕ ਹੋ ਰਿਹਾ ਕੈਨੇਡਾ ਦੇ ਵਿੱਚ, ਸੋ ਕਈ ਜਿਹੜੇ ਮੁੰਡੇ ਜਿਮ ਲਾਉਂਦੇ ਆ ਜਾਂ ਜਿਹੜੇ ਕੰਪੀਟੀਸ਼ਨ ਲੜਦੇ ਆ ਉਹ ਦੱਸਦੇ ਹੁੰਦੇ ਆ ਵੀ ਕਹਿੰਦੇ ਜਿਹੜੇ ਸਾਨੂੰ ਕਹਿੰਦੇ ਆਪ ਨੂੰ ਨਹੀਂ ਪਤਾ ਵੀ ਜਿਹੜਾ ਵੀ ਸਵੇਰੇ ਉੱਠਣਾ ਕਿ ਨਹੀਂ ਉੱਠਣਾ, ਵੀ ਇਹ ਟੀਕਾ ਇੰਨਾ ਮਾੜਾ। ਭਾਜੀ ਹੁਣ ਮੈਂ ਨਾ ਚਲੋ ਉਹ ਇੰਜੈਕਸ਼ਨ ਦਾ ਨਾਮ ਨੀ ਲੈਣਾ, ਅੱਜ ਕੱਲ ਪ੍ਰੀ ਵਰਕਆਊਟ ਇੱਕ ਆਉਂਦਾ ਵਾ, ਪ੍ਰੀ ਵਰਕਆਊਟ ਤੋਂ ਪਹਿਲਾਂ, ਠੀਕ ਆ ਜੀ, ਉਹ ਪ੍ਰੀ ਵਰਕਆਊਟ ਚ ਕੈਫੀਨ ਹੁੰਦੀ ਆ ਪੂਰੀ। ਅੱਛਾ ਜੀ। ਕੈਫੀਨ ਕੀ ਆ, ਇੱਕ ਪ੍ਰੀ ਵਰਕਆਊਟ ਦਾ ਜਿਹੜਾ ਚਮਚ ਆ ਨਾ ਤੁਸੀਂ 20 ਪਾਊਚ ਕੌਫੀ ਦੇ ਬਰਾਬਰ ਆ, ਠੀਕ ਹੈ ਜੀ। ਹੁਣ ਤੁਸੀਂ ਹਿਸਾਬ ਲਾ ਦੋ ਕਿੰਨਾ ਕਿੰਨਾ, ਉਹ ਮੁੰਡੇ ਬਹੁਤ ਪੀਂਦੇ ਜੀ, ਪਹਿਲਾਂ ਸਾਡੇ ਇੱਥੇ ਰਿਵਾਜ ਹੀ ਉਹ ਹਰ ਬੱਚਾ ਪੀਂਦਾ, ਠੀਕ ਆ ਜੀ। ਉਹ ਉਹਨੇ ਕਰਨਾ ਕੀ ਆ, ਉਹਨੇ ਕੁਛ ਨੀ, ਬੱਚਿਆਂ ਨੂੰ ਤਾਂ ਭਾਜੀ ਪੀਣਾ ਹੀ ਨੀ ਚਾਹੀਦਾ, ਜੇ ਤਾਂ ਇਹ ਪਤਾ ਕੀ ਆ, ਇਹ ਹਾਰਟ ਬੀਟ ਇੰਨੀ ਕੁ ਵਧਾ ਦਿੰਦਾ। ਅੱਛਾ ਜੀ। ਠੀਕ ਆ ਜੀ, ਹਾਰਟ ਬੀਟ ਨੇ ਇੰਨੀ ਕੁ ਵਧਾ ਦੇਣੀ ਆ ਤੁਹਾਡੀ, ਤੁਹਾਨੂੰ ਆਪ ਨੂੰ ਹੀ ਨੀ ਪਤਾ ਲੱਗਣਾ, ਕਈ ਵਾਰ ਜਿਵੇਂ ਟ੍ਰੈਡਮਿਲ ਕਰਦੇ ਮੁੰਡੇ ਚੱਕਰ ਤੇ ਡਿੱਗ ਜਾਂਦੇ ਆ। ਇੱਕ ਦੂਜੇ ਇੱਕ ਚੀਜ਼ ਹੋਰ, ਕਦੇ ਵੀ ਖਾਲੀ ਪੇਟ ਵਰਕਆਊਟ ਨੀ ਜਿਮ ਨੀ ਜਾਣਾ, ਠੀਕ ਹੈ, ਬਹੁਤ ਜ਼ਰੂਰੀ ਗੱਲ। ਹਾਰਟ ਅਟੈਕ ਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਵੀ ਆ, ਅੱਛਾ ਜੀ, ਖਾਲੀ ਢਿੱਡ ਜਾ ਕੇ ਵਰਕਆਊਟ ਨੀ ਕਰਨਾ, ਕੁਛ ਨਾ ਕੁਛ ਕਾਰਬਜ਼ ਲਓ, ਠੀਕ ਹੈ ਜੀ, ਕਾਰਬਜ਼ ਐਨਰਜੀ ਲਿਆਉਂਦੇ ਆ, ਕਾਰਬਜ਼ ਲਓ, ਕੰਪਲੈਕਸ ਕਾਰਬਜ਼, ਸ਼ਕਰਕੰਦੀ ਹੋ ਗਈ, ਓਟਸ ਹੋ ਗਏ, ਆਲੂ ਹੋ ਗਏ, ਇਹ ਥੋੜੇ ਜਿਹੇ ਢਿੱਡ ਥੋੜੇ ਜਿਹੇ ਖਾ ਕੇ ਜਾਓ, ਘੰਟਾ ਇੱਕ ਘੰਟਾ ਪਹਿਲਾਂ ਖਾਓ, ਤੁਹਾਡੇ ਚ ਵੈਸੀ ਐਨਰਜੀ ਬਹੁਤ ਆ ਜਾਣੀ ਆ ਜੀ। ਤੇ ਵੀ ਜਿਹੜਾ ਇੱਕ ਨਵਾਂ ਬੰਦਾ ਜਿਮ ਲੱਗਦਾ, ਜਿਹੜਾ ਉਹਨੂੰ ਕਿਉਂ ਲੱਗਦਾ ਵੀ ਮੈਂ ਬਹੁਤ ਜ਼ਿਆਦਾ ਭਾਰ ਚੱਕੂੰਗਾ ਤਾਂ ਹੀ ਗੱਲ ਬਣਨੀ ਆ? ਨਹੀਂ ਭਾਜੀ ਨਹੀਂ, ਕੁਛ ਵੀ ਨਹੀਂ ਇਹ ਗੱਲਾਂ, ਇਹ ਠੀਕ ਆ, ਇਹ ਹੈਗੀ ਆ, ਜ਼ਰੂਰੀ ਆ ਗੱਲ ਵੀ, ਪਰ ਨਵੇਂ ਬੰਦੇ ਵਾਸਤੇ ਨੀ। ਜਿੰਨਾ ਤੁਸੀਂ ਭਾਈ ਜਿੰਨਾ ਤੁਸੀਂ ਵੇਟ ਚੱਕਦੇ ਹੋ ਉਹ ਭੁੱਖ ਵੱਧ ਹੀ ਆਉਂਦੀ, ਜਿੰਨਾ ਤੁਸੀਂ ਜ਼ੋਰ ਲਾਉਂਦੇ ਹੋ ਉਨੀ ਭੁੱਖ ਵੱਧ ਲੱਗਦੀ ਹੈ, ਜਿੰਨੀ ਭੁੱਖ ਵੱਧ ਲੱਗਦੀ ਹੈ ਤੁਸੀਂ ਵੱਧ ਖਾਂਦੇ ਹੋ, ਸਟਰੈਂਥ ਫਿਰ ਆਪਣੇ ਆਪ ਵੱਧਦੀ ਜੀ ਜੀ, ਠੀਕ ਹੈ ਜੀ। ਹਾਂ ਮਤਲਬ ਇਹ ਕੋਈ ਜ਼ਰੂਰੀ ਨੀ ਭਾਜੀ, ਮੈਂ ਹੁਣ ਤੁਹਾਨੂੰ ਦੱਸਿਆ ਮੈਂ ਇੰਨੇ ਸਾਲ ਹੋ ਗਏ ਮੈਂ ਜਿਮ ਜਾਂਦਾ ਵਾ, ਜਿਮ ਜਾ ਕੇ ਮੇਰੀ ਮੇਰੀ ਬੈਂਚ ਚਲੋ 30-35 ਹੋਊਗੀ ਨਾਰਮਲ, ਮੈਂ ਵਧੀਆ ਲਾ ਲੈਂਦਾ, ਪਰ ਮੈਂ ਅੱਜ ਤੱਕ ਜਿਮ ਚ ਜਾ ਕੇ 80 ਕਿਲੋ ਤੋਂ ਵੱਧ ਬੈਂਚ ਨੀ ਲਾਈ। ਈਗੋ ਲਿਫਟ ਨਾ ਕਰੋ ਜੀ ਜੀ, ਈਗੋ ਲਿਫਟ ਦਾ ਕੋਈ ਫਾਇਦਾ ਨੀ, ਠੀਕ ਹੈ ਜੀ। ਉਹੀ ਇਹਨੂੰ ਸਲੋ ਲਾਓ, ਸਲੋ ਲਾਓ, ਫਾਸਟ ਵਰਕਆਊਟ ਨਾ ਕਰੋ, ਆਰਾਮ ਨਾਲ ਲਾਓ,
ਠੀਕ ਆ ਜੀ। ਤੇ ਬਾਕੀ ਇਹ ਆ ਵੀ ਆ ਪ੍ਰੀ ਬਰੂ ਵਰਕਆਊਟ ਕੁਛ ਨਾ ਲਓ ਭਾਜੀ, ਮੈਂ ਇੱਥੇ ਜਿੰਮਾਂ ਚ ਦੇਖਿਆ ਪਾਊਚ ਪਏ ਹੁੰਦੇ ਆ ਸਵੇਰੇ ਸਵੇਰੇ ਕਾਫੀ ਦੇ, ਮੁੰਡੇ ਹੁੰਦੇ ਆ ਕੋਈ 16 ਸਾਲ ਕੀ 18 ਸਾਲ ਕੀ, ਠੀਕ ਆ ਜੀ, ਇਹਨਾਂ ਨੇ ਪਾਊਚ ਮਾਰਨਾ, ਉਹ ਸੋਚਦੇ ਵੀ ਐਨਰਜੀ ਹੀ ਇਹਦੇ ਨਾਲ ਆਉਂਦੀ ਆ। ਮੈਨੂੰ ਦੱਸੋ ਅਸੀਂ 96-97 ਚ, ਮੈਂ 2008-10 ਤੱਕ ਦੀ ਗੱਲ ਕਰਦਾ, ਇਹ ਚੀਜ਼ਾਂ ਹੈ ਹੀ ਨੀ ਭਾਜੀ। ਆ ਜਿਹੜੇ ਆ ਕਾਫੀ ਆ ਪੀ ਕੇ ਪ੍ਰੀ ਵਰਕਆਊਟ ਲੱਗ ਜਾਂਦੇ ਸੀ, ਮੈਂ ਫਸਟ ਟਾਈਮ ਪ੍ਰੀ ਵਰਕਆਊਟ ਦੀ ਜ਼ਿੰਦਗੀ ਦੇ ਵਿੱਚ 2016-16 ਜਾਂ 15 ਚ ਪੀਤਾ। ਉਹ ਵੀ ਮੈਂ ਕਿਹਾ, ਮੈਂ ਕਿਹਾ ਚੱਲ ਪੀ ਕੇ ਦੇਖੀਏ, ਇਹਨਾਂ ਦਾ ਘੁਮਾਤੀਆਂ ਮੇਰੀਆਂ ਘੁਮੇਰੀਆਂ ਪੂਰੀਆਂ, ਮਤਲਬ ਇੰਨਾ ਜ਼ਿਆਦਾ ਹਾਰਡ ਹੁੰਦਾ ਹੈ, ਠੀਕ ਹੈ, ਉਹ ਲੋਡ ਹੀ ਹੈ ਨੀ ਭਾਜੀ, ਮੁੜ ਕੇ ਨੀਂਦ ਨੀ ਆਉਂਦੀ ਜੀ। ਜੇ ਤੁਸੀਂ ਸ਼ਾਮ ਨੂੰ ਲੈ ਲਿਆ ਸਾਰੀ ਰਾਤ ਨੀਂਦ ਨੀ ਆਉਣੀ, ਤੁਸੀਂ ਦੇਖ ਲਓ ਵੀ ਕਿੰਨਾ ਸਟਰੋਂਗ ਹੋਊਗਾ ਜੀ। ਤੇ ਫਿਰ ਜਿਹੜੇ ਆਹ ਆਪਣੇ ਮੁੰਡੇ ਟੀਕਾ ਲਾਉਂਦੇ ਆ, ਇਹ ਜ਼ਿਆਦਾਤਰ ਮੈਨੂੰ ਲੱਗਦਾ ਵੀ ਕਹਿੰਦੇ ਜੇ ਜਿੰਮ ਵੀ ਅਸੀਂ ਨਾਲ ਲਾਈਏ, ਕਹਿੰਦੇ ਤਾਂ ਵੀ ਸਾਨੂੰ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ, ਵੀ ਸਾਨੂੰ ਜਿੰਮ ਜਾਣਾ ਹੀ ਪੈਂਦਾ। ਮੈਂ ਹੁਣ ਤੁਹਾਨੂੰ ਦੱਸਦਾ ਭਾਜੀ ਇੱਕ ਚੀਜ਼ ਹੋਰ ਆ ਇਹਦੇ ਚ, ਜਿਹੜੇ ਬੰਦੇ ਸਿਰਫ ਸਪਲੀਮੈਂਟ ਹੀ ਲੈਂਦੇ, ਚਲੋ ਸਪਲੀਮੈਂਟ ਵੀ ਨੀ ਲੈਂਦੇ, ਜਿਹੜੇ ਜਿੰਮ ਕਰਦੇ ਆ ਮੁੰਡੇ, ਜਿਹੜੇ ਸਿਰਫ ਡਾਇਟ ਲੈਂਦੇ ਆ ਨਾ ਜੀ, ਜੀ ਡਾਇਟ ਪ੍ਰੋਟੀਨ ਡਾਇਟ ਲੈਂਦੇ ਆ ਸਾਰਾ ਕੁਛ ਲੈਂਦੇ, ਉਹਨਾਂ ਨੂੰ ਵੀ 6 ਮਹੀਨੇ ਬਾਅਦ ਆਪਦੇ ਬੋਡੀ ਟੈਸਟ ਕਰਾਉਣੇ ਬਹੁਤ ਜ਼ਰੂਰੀ ਜੀ, ਠੀਕ ਹੈ ਜੀ। ਹਾਂ ਇਹ ਜ਼ਰੂਰੀ ਆ, ਹਰ 6 ਮਹੀਨੇ ਬਾਅਦ LFT RFT ਲਿਪਿਡ ਪ੍ਰੋਫਾਈਲ, ਇਹ ਤਿੰਨੇ ਟੈਸਟ ਕਰਾਉਣ ਜ਼ਰੂਰੀ ਆ ਜੀ, ਜੀ ਇਹ ਹਰ 6 ਮਹੀਨੇ ਬਾਅਦ ਕਰਾਓ, ਤੁਹਾਨੂੰ ਪਤਾ ਲੱਗਦਾ ਰਹਿੰਦਾ ਤੁਹਾਡੀ ਬੋਡੀ ਕਿੱਥੇ ਆ, ਲਿਵਰ ਕਿੱਡੀਆਂ ਸਹੀ ਜਾਂ ਸਹੀ ਆ, ਸਾਰਾ ਕੋਈ ਸਿਸਟਮ ਆ ਉਹ ਜ਼ਰੂਰੀ ਜੀ। ਸੋ ਫਿਰ ਜਿਹੜੇ ਆਪਣੇ ਜਿਵੇਂ ਤਾਂ ਆਪਾਂ ਮੈਨਸ ਦੀ ਗੱਲ ਕਰ ਲਈ, ਜੈਂਟਸ ਦੀ, ਜੇ ਆਪਾਂ ਲੇਡੀਜ਼ ਦੀ ਗੱਲ ਕਰੀਏ ਤਾਂ ਲੇਡੀਜ਼ ਵੀ ਇਹ ਸਟੀਰੋਇਡ ਲੈਂਦੀਆਂ ਨੇ, ਕਿਉਂਕਿ ਉਹ ਵੀ ਮੈਂ ਦੇਖਦਾ ਵੀ ਕਈ ਵਾਰੀ ਉਹ ਕਹਿੰਦੀ ਸਾਡਾ ਮਸਲ ਵੀ ਕੱਢੇ ਹੋਏ ਆ। ਉਹ ਭਾਜੀ ਜਿਨ੍ਹਾਂ ਨੇ ਕੰਪੀਟੀਸ਼ਨ ਕਰਨਾ ਹੁੰਦਾ ਉਹ ਮਾੜਾ ਮੋਟਾ ਲੈਂਦੀਆਂ, ਠੀਕ ਹੈ ਜੀ, ਉਹਦੇ ਨਾਲ ਹਾਰਮੋਨਸ ਚੇਂਜ ਹੁੰਦੇ ਆ, ਟੈਸਟ ਬੜਾ ਕੁਛ ਆ ਭਾਜੀ ਇਹਦੇ ਚ, ਹੁਣ ਜੋ ਹੁਣ ਮੈਂ ਦੱਸਾਂ ਇਹਦੇ ਬਾਰੇ, ਫੀਮੇਲ ਦੀ ਆਵਾਜ਼ ਵੀ ਚੇਂਜ ਹੋ ਜਾਂਦੀ ਆ, ਭਾਰੀ ਹੋ ਜਾਂਦੀ ਆ ਆਵਾਜ਼, ਅੱਛਾ ਜੀ, ਠੀਕ ਆ। ਇਹ ਜਿਹੜੀਆਂ ਸਟੀਰੋਇਡ ਲੈਂਦੀਆਂ, ਕੁਛ ਲੇਡੀਜ਼ ਇਹੋ ਜਿਹੀਆਂ ਵੀ ਆ ਜਿਨ੍ਹਾਂ ਦੇ ਲੋਅਰ ਪਾਰਟ ਨਹੀਂ ਘਟਦਾ ਉਹਨਾਂ ਦਾ, ਉਹ ਫਿਰ ਕਿਤੇ ਨਾ ਕਿਤੇ ਲਾਸਟ ਟਾਈਮ ਜਾ ਕੇ ਸਟੀਰੋਇਡ ਵੀ ਯੂਜ਼ ਕਰ ਲੈਂਦੀਆਂ ਨੇ, ਪਰ ਫਰਕ ਫਿਰ ਵੀ ਨੀ ਭਾਜੀ ਪੈਂਦਾ, ਉਹ ਨਹੀਂ ਭਾਜੀ ਲੈਣਾ ਹੀ ਨੀ ਚਾਹੀਦਾ ਇਹ ਚੀਜ਼। ਮੈਂ ਹੁਣ ਆਪਦਾ ਦੱਸ ਦਿੰਦਾ ਭਾਜੀ, ਮੁੰਡੇ ਹੁਣ ਭਰਾ ਸਾਡੇ ਦੇਖਦੇ ਹੋਣੇ ਆ, ਮੈਨੂੰ ਵੀ ਦੇਖਦੇ ਹੋਣੇ ਆ ਵੀ ਬੋਡੀ ਦੇਖ ਕੇ, ਕਹਿੰਦੇ ਹੋਣੇ ਵੀ ਜਿਹਨੇ ਇਹ ਲੈਂਦ ਆਪ ਤਾਂ ਲੈ ਰਿਹਾ ਹੋਣਾ, ਠੀਕ ਆ, ਇਹਦੇ ਚ ਵੀ ਇੱਕ ਚੀਜ਼ ਆ, ਅਗਰ ਤੁਸੀਂ ਬੋਡੀ ਬਿਲਡਿੰਗ ਸਟੇਜ ਤੇ ਚੜ੍ਹਨਾ ਵਾ, ਠੀਕ ਆ ਜੀ, ਜਾਂ ਤਾਂ ਗੌਰਮੈਂਟ ਕਰ ਲਵੇ, ਜਾਂ ਤਾਂ ਜਿੰਨੀਆਂ ਐਸੋਸੀਏਸ਼ਨਾਂ ਨੇ ਇੱਕ ਰੂਲ ਬਣਾ ਦੇਣ, ਠੀਕ ਆ ਜੀ, ਇਹ ਡੋਪ ਟੈਸਟ ਕਰਨ, ਜਿਹੜਾ ਬੰਦਾ ਸਟੀਰੋਇਡ ਲੈਂਦਾ ਉਹਨੂੰ ਸਟੇਜ ਤੇ ਨਾ ਚੜ੍ਹਨ ਦੇਣ, ਫਿਰ ਸਟੀਰੋਇਡ ਕੋਈ ਵੀ ਬੋਡੀ ਬਿਲਡਰ ਨਹੀਂ ਲਊਗਾ ਬਾਈ ਜੀ, ਜੀ, ਠੀਕ ਆ ਜੀ, ਇਹ 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 ਲੈਣਾ ਹੀ ਪੈਂਦਾ। ਉਹ ਵੀ ਅਗਰ ਤੁਸੀਂ ਕੰਪੀਟੀਸ਼ਨ ਦੇ ਟਾਈਮ 1-1.5 ਮਹੀਨਾ ਉਹ ਵੀ ਬੰਦਿਆਂ ਕੋਲ ਲਓ, ਤਰੀਕੇ ਨਾਲ ਲਓ, ਬਿਨਾਂ ਡਾਕਟਰ ਦੀ ਸਲਾਹ ਦੇ ਨਾਲ ਲਓ, ਠੀਕ ਆ ਜੀ, ਅਗਰ ਲੈਣਾ ਵਾ, ਜੇ ਤੁਸੀਂ ਗੇਮ ਕਰਦੇ ਹੋ ਤਾਂ, ਅਗਰ ਤੁਸੀਂ ਸਿਰਫ ਕਹਿੰਦੇ ਹੋ ਵੀ ਮੈਂ ਉਹਨੂੰ ਦੇਖਿਆ ਜੀ ਆਪਣੇ ਜਿਹੜੇ ਆ ਫਿਲਮੀ ਐਕਟਰ ਨੇ ਜਿੰਨੇ ਆਹ ਜਿਵੇਂ ਅੱਜ ਘੁੰਮਣ ਦੀ ਤਰੀਫ ਹੋਈ, ਕਹਿੰਦੇ ਜਿਹੜਾ ਮੁੰਡਾ ਘੁੰਮਣ ਆਪਣੇ ਉਹ ਕਹਿੰਦਾ ਵੀ ਮੈਂ ਸਟੀਰੋਇਡ ਕਦੇ ਲਈ ਨੀ, ਵੀ ਮੈਂ ਤਾਂ ਵੀ ਸਰੀਰ ਏਦਾਂ ਹੀ ਬਣਾਇਆ ਭਾਜੀ। ਹੁਣ ਪਤਾ ਕੀ ਆ, ਚਲੋ ਆਪਾਂ ਉਹ ਟੌਪਿਕ ਤੇ ਆਪਾਂ ਉਧਰ ਨੂੰ ਜਾਣਾ ਸੀ ਭਾਜੀ, ਇਹ ਕੁੱਲ ਮਿਲਾ ਕੇ ਭਾਜੀ ਜਿਹੜਾ ਬੰਦਾ ਸਟੇਜ ਤੇ ਚੜ੍ਹਦਾ ਨਾ, ਲਗਭਗ ਲੈਣਾ ਹੀ ਪੈਂਦਾ, ਲੈਣਾ ਪੈਂਦਾ ਵਾ, ਪਰ ਮੈਨੂੰ ਨੀ ਲੱਗਦਾ ਵੀ ਆਪਣੇ ਬਰਿੰਦਰ ਭਾਈ ਨੇ ਗੱਲ ਕਹੀ ਹੈ, ਮੈਨੂੰ ਲੱਗਦਾ ਨੀ। ਵੀਰ ਦੀ ਕਾਲ ਅਸੀਂ ਉਹ ਦਾਦੇ ਕਹਿੰਦੇ, ਉਹ ਕਹਿੰਦੇ ਮੈਂ ਲਈ ਨਹੀਂ ਅਜੇ ਸਟੀਰੋਇਡ ਕਦੇ। ਹਾਂ ਹਾਂ ਮੈਂ ਸੁਣੀ ਆ ਗੱਲ, ਸੁਣੀ ਭਾਜੀ ਦੀ ਗੱਲ, ਉਹ ਮੈਨੂੰ ਲੱਗਦਾ ਵੀ ਮੈਂ ਜਿੰਨਾ ਕੁ ਸੁਣਿਆ ਨਾ ਵੀ ਉਹਨੂੰ ਇਹ ਸਵਾਲ ਪੁੱਛਿਆ ਗਿਆ ਸੀ, ਉਹਨਾਂ ਨੇ ਆਹ ਗੱਲ ਕਹੀ ਸੀ ਵੀ ਜਿਹੜੇ ਬੰਦੇ ਨੇ ਸਟੇਜ ਤੇ ਜਾਣਾ ਵਾ ਉਹਨੂੰ ਮਾੜਾ ਮੋਟਾ ਕਰਨਾ ਪੈਂਦਾ, ਇਹ ਭਾਜੀ ਨੇ ਗੱਲ ਜ਼ਰੂਰ ਕਹੀ ਸੀ ਜਿੰਨਾ ਕੁ ਮੈਂ ਸੁਣਿਆ ਵਾ, ਤੇ ਮੇਰੇ ਖਿਆਲ ਉਹਨਾਂ ਤੋਂ ਪੁੱਛਿਆ ਸੀ ਨਹੀਂ ਪੁੱਛਿਆ ਸੀ। ਤੇ ਬਾਕੀ ਭਾਜੀ ਇਹ ਫਿਲਮੀ ਐਕਟਰ ਤੱਕ ਲੈਂਦੇ ਆ ਭਾਜੀ, ਜਿੰਨੇ ਤੁਸੀਂ ਦੇਖਦੇ ਹੋ ਸਿਕਸ ਪੈਕ ਕੱਢੇ ਹੋਏ, ਇਹਨਾਂ ਦੇ ਪ੍ਰੋਪਰ ਡਾਕਟਰ ਰੱਖੇ, ਪ੍ਰੋਪਰ ਟ੍ਰੇਨਰ ਰੱਖੇ ਆ ਇਹਨਾਂ ਦੇ ਜੀ, ਪੂਰਾ ਇਹ। ਪਰ ਆਪਣੇ ਦੇਖੋ ਜੀ, ਡਾਕਟਰ ਆਪ ਹੀ ਮੁੰਡੇ ਟੀਕਾ ਲਾ ਲੈਂਦੇ ਆ, ਕਿਸੇ ਡਾਕਟਰ ਕੋਲ ਨਹੀਂ ਜਾਂਦੇ, ਆਪ ਹੀ ਠੋਕ ਲੈਂਦੇ ਆ ਭਾਜੀ। ਫਿਰ ਇੱਕ ਟ੍ਰੇਨਰ ਵੀ ਇੱਥੇ, ਟ੍ਰੇਨਰ ਇੱਕ ਇੱਕ ਟ੍ਰੇਨਰ ਗਲਤ ਨਹੀਂ ਹੈਗਾ ਭਾਜੀ, ਗੱਲਾਂ ਕਰਨ ਆਉਣ ਵਾਲਾ ਵੀ ਹੁਣ ਨਿਆਣੇ ਦੁੱਧ